ਹੌਲੀ ਮਹਾ ਏ ਦੀਕ ਦੀਕ ਕੇ ਥੱਕ ਗਏ ਅੱਜ। ਵੈਲਕਮ ਜੀ ਵੈਲਕਮ। ਕੀ ਹਾਲ ਚਾਲ ਕੁੰਦਰ ਭਾ? ਸਤਿ ਸ੍ਰੀ ਅਕਾਲ। ਡੋਰ ਖੋਲਦਾ ਪਹਿਲਾਂ ਗੋਲੀ ਲੈ ਲੈਂਦਾ ਮੈਂ। ਤੁਹਾਨੂੰ ਡੀ ਡੀ ਕੇ ਥੱਕ ਯਾਰ ਅੱਜ ਸਾਲ ਕ ਪਹਿਲਾਂ ਤੇ ਸਾਰਾ ਨਵਾਂ ਰੀਬਿਲਡ ਕੀਤਾ ਗਾ, ਓਹਦਾ ਟੂਰ ਦੇਖ ਰਿਹਾ ਆਪਾਂ ਵੀ ਕਿਵੇਂ ਬਣਿਆ ਗਾ, ਕਿੰਨੀ ਕੋਸਟ ਆ, ਸਾਰਾ ਕੁਛ ਦੱਸਾਂਗੇ ਤੁਹਾਨੂੰ, ਕਿੰਨਾ ਖਰਚਾ ਆਉਂਦਾ ਇੱਥੇ, ਤੋਂ ਅੱਗ ਲੱਗ ਜਾਂਦੀ ਹੈਗੀ, ਇੰਸ਼ੋਰੈਂਸ ਕਿੰਨਾ ਕੁ ਦਿੰਦੀ ਆ, ਜੇਬ ਚੋਂ ਕਿੰਨੇ ਕੁ ਲੱਗਦੇ ਆ, ਸਾਰਾ ਕੁਛ ਦੱਸਾਂਗੇ। ਆਓ ਚੱਲੀਏ ਅੰਦਰ। ਚਲੋ ਅੱਖਾਂ ਨੀ ਖੁੱਲਣ ਡੀਆਂ ਨਾ, ਮੈਂ ਅੱਖਾਂ ਨੀ ਖੁੱਲਣ ਡੀਆਂ ਬਾਹਰ। ਹਾਂ ਮੌਸਮ ਬਹੁਤ ਸੋਹਣਾ ਅੱਜ, ਅੱਜ ਤਾਂ ਬਹੁਤ ਵਧੀਆ ਦਿਨ। ਆਇਓ ਹਲੋ ਕਮੋਰ ਜੀ, ਦੇਖੋ ਟੋ ਤਿੰਨ ਯੂਨਿਟ ਬਣਾਉਣੇ ਆਪਣੀਆਂ, ਇਹ ਚ ਥ੍ਰੀ ਫੈਮਿਲੀ ਆ ਤੇ ਸਾਰਾ ਸੇਮ ਬਣਿਆ ਹੋਇਆ ਹੈਗਾ। ਤੇ ਆਪਣਾ ਐਂਟਰ ਹੋਣ ਸਰ, ਬਾਥਰੂਮ, ਬਾਥਰੂਮ ਜੀ ਫੁੱਲ ਬਾਥਰੂਮ, ਦੇ ਵਨ ਟੂ ਥ੍ਰੀ ਫੋਰ ਫੁੱਲ ਬਾਥਰੂਮ ਪਲੀਜ਼। ਯਾ ਫੁੱਲ ਬਾਥਰੂਮ ਦੋ ਆ ਹੈਗਾ ਸਾਡਾ, ਆ ਹੁਣੇ ਪਰਦੇ ਲਾ ਕੇ ਢੀ ਸੀਗੇ, ਥੋੜੀ ਰੋਸ਼ਨੀ ਜੀ ਲੈ ਕੇ ਆਈਏ। ਇੱਕ ਆ ਰੂਮ ਤੇ ਆ ਲੌਬੀ, ਹਾਂਜੀ ਥ੍ਰੀ ਬੈਡਰੂਮ, ਇੱਕ ਆ ਰੂਮ, ਕੱਪੜੇ ਧੋਣ ਵਾਲੀ ਬੇਬੇ ਵੀ ਇੱਥੇ ਨਾਲ ਆਉਂਦੀ ਆ, ਸੁਕਾਉਣ ਵਾਲੀ ਤੇ ਧੋਣ ਵਾਲੀ ਬੇਬੇ ਦੋਵੇਂ ਅੰਦਰ ਰਹਿੰਦੀਆਂ। ਆਹੋ ਕਹਿੰਦਾ ਤੁਸੀਂ ਕਹਿੰਦਾ ਲਾਂਡਰੀ ਮਸ਼ੀਨਾਂ ਲਾਈ ਫੈਂਦੇ, ਉੱਧਰ ਭੈਣ ਤੁਹਾਡੀ ਕਹਿੰਦਾ ਥਾਪੀਆਂ ਮਾਰ ਮਾਰ ਕੇ ਪਾਗਲ ਹੋ ਗਈ। ਆ ਸਾਰਾ ਏ ਸੀ ਤਾਂ ਸਾਰਾ ਏ ਸੀ ਅਤੇ ਪਾਣੀ ਸਿਸਟਮ, ਆਹ ਪਾਣੀ ਵਾਲਾ ਜੀ ਜਿਹਨੂੰ ਆਪਾਂ ਗੀਜ਼ਰ ਕਹਿ ਲੈਂਦੇ ਉੱਥੇ, ਅਤੇ ਇਹਨੇ ਗਰਮ ਕਰਨਾ, ਅਤੇ ਬਾਕੀ ਆ ਸਾਰੀਆਂ ਲਾਈਨਾਂ ਇਹਦੀਆਂ, ਅਤੇ ਆ ਏ ਸੀ ਅਤੇ ਹੀਟ ਯੂਨਿਟ, ਅਤੇ ਇਕੱਲੀ ਇਕੱਲੀ ਫਲੋਰ 'ਤੇ ਕਰਤਾ ਸੀ ਕਿਉਂਕਿ ਇਹਨਾਂ ਦਾ ਜੱਬ ਬੜਾ ਹੁੰਦਾ ਸੀ, ਇੱਕ ਲੀਕ ਹੋ ਜਾਂਦਾ ਸੀ ਬੇਸਮੈਂਟ 'ਤੇ ਅਤੇ ਉਹ ਸਾਰੇ ਹੀ ਖਰਾਬ ਹੋ ਜਾਂਦੇ ਸੀ। ਆਹ ਲਾਬੀ ਹਾਂਜੀ, ਇਹ ਪਸੰਦ ਹੀ ਉਹ ਕਰਦੇ ਗੋਰੇ, ਉਹ ਨਿੱਕੀ ਨਿੱਕੀ ਚੀਜ਼ਾਂ, ਖਰਚਾ ਇਹਨਾਂ ਦਾ ਕੁਛ ਵੀ ਨਹੀਂ। ਹਾਂ ਖਰਚੇ ਨੇ, ਹਾਂ ਪਰ ਐਂਡ ਦੇ ਵਿੱਚ ਬੜੀ ਵੱਡੀ ਚੀਜ਼ ਬਣ ਜਾਂਦੀ ਆ। ਹਾਂ ਮਾਸਟਰ ਬੈਡਰੂਮ ਕਹਿ ਲਓ ਇਹਨੂੰ। ਸੋ ਬੇਸਿਕ ਇਹ ਹੈਗਾ ਜੀ ਆਪਣਾ ਰੈਂਟ, ਉਹਦੇ ਦਾ ਅਰਾਊਂਡ 3500। ਹਾਂਜੀ ਸੋ ਤਿੰਨ ਬੈਡਰੂਮ ਦਾ ਰੈਂਟ ਹੈਗਾ ਗਾ $3000, $3500, ਸੋ 3500 ਢਾਈ ਕੁ ਲੱਖ ਰੁਪਈਆ। ਹਾਂਜੀ ਢਾਈ ਕੁ ਲੱਖ ਰੁਪਈਏ ਦੇ ਕਰੀਬ ਹੋ ਗਿਆ। ਸੇਮ ਬਣੀਆਂ ਹੋਈਆਂ ਨੇ ਤਿੰਨ ਯੂਨਿਟ, ਸੇਮ ਹੀ ਤਿੰਨ। ਹਾਂ ਸੋ ਬਸ ਕੀਮਤ ਤਾਂ ਕਾਫੀ ਆ, ਪਰ ਰੀਬਿਲਡ ਤੇ ਜਿਹੜਾ ਖਰਚਾ ਆਇਆ ਅਰਾਊਂਡ ਅੱਗ ਲੱਗਣ ਤੋਂ ਬਾਅਦ $5,00,000 ਖਰਚਾ ਆਇਆ ਆਪਣਾ, ਤੇ ਜਿਹੜਾ ਕਿ ਇੰਸ਼ੋਰੈਂਸ ਵੱਲੋਂ ਕਵਰ ਸੀਗਾ। ਥੋੜਾ ਬਹੁਤ ਜਿਹੜੀਆਂ ਆਪਾਂ ਐਕਸਟਰਾ ਚੀਜ਼ਾਂ ਕਰਦੇ ਹਾਂਗੇ, ਕੁਛ ਵੀ ਆਪਦੇ ਸ਼ੌਂਕ ਲਈ ਸੋਹਣਾ ਬਣਾਉਣ ਲਈ ਉਹ ਜੇਬ ਚੋਂ ਦੇਣੇ ਪੈਂਦੇ ਆ, ਥੋੜਾ ਬਹੁਤ ਖਰਚਾ ਜੇਬ ਚੋਂ ਵੀ ਆਇਆ, ਤੇ ਪਰ ਊਨ ਇਨ ਟੋਟਲ $5,00,000 ਲੱਗਿਆ ਆਪਣਾ ਇਹਦੇ। ਸਭ ਤੋਂ ਬੈਸਟ ਹੋਇਆ ਯਾਰ ਇਨਵੈਸਟਮੈਂਟ ਦਾ ਨਾ ਰੀਅਲ ਸਟੇਟ ਦੇ ਵਿੱਚ, ਜਿਹਦੇ ਵਿੱਚ ਕਿ
ਪੈਸਾ ਤੁਹਾਡਾ ਡੁੱਬਣ ਦੇ ਚਾਂਸਸ ਬਹੁਤ ਘੱਟ ਆ ਰੀਅਲ ਸਟੇਟ ਦੇ ਵਿੱਚ ਸਭ ਤੋਂ ਬੈਸਟ ਆ ਜੇ ਕੋਈ ਆ ਰਿਹਾ ਨਵਾਂ ਵੀ ਜਾਂ ਥੋੜੀ ਮਿਹਨਤ ਕਰਕੇ ਨਾ ਇਹਦੇ 'ਚ ਪਾਓ ਰੀਅਲ ਸਟੇਟ 'ਚ ਪਾਓ ਜਿੰਨੀ ਛੇਤੀ ਪਿਆ ਜਾਂਦਾ ਤੁਹਾਡੇ ਕੋਲ ਕਿਉਂਕਿ ਹੋਰ ਆਪਾਂ ਕੋਈ ਵੀ ਬਿਜ਼ਨਸ ਕਰਦੇ ਹਾਂ ਨਾ ਉਹ 'ਚ ਪੈਸਾ ਡੁੱਬਣ ਦੇ ਚਾਂਸਿਸ ਵੀ 50-50 ਹੁੰਦੇ ਆ ਹੈ ਨਾ ਘਰਾਂ ਦੇ ਵਿੱਚ ਪੈਸਾ ਡੁੱਬਣ ਦੇ ਚਾਂਸਿਸ ਨਹੀਂ ਰੀਅਲ ਸਟੇਟ ਤਾਂ ਵਧਣੀਓ ਵਧਣੀਆਂ ਹਰ ਵਧਣੀ ਹਾਂ ਜਿੱਥੇ ਮਰਜ਼ੀ ਲੈ ਲਓ ਹੋਰ ਆ ਇਹਦਾ ਜਿਵੇਂ ਆ ਰਹੇ ਆਪਣੇ 3 ਗੱਡੀਆਂ ਦੀ ਪਾਰਕਿੰਗ ਆ ਨਾ ਇਹ ਪਾਰਕਿੰਗ ਐਕਸਟਰਾ ਗਈ ਹਾਂਜੀ ਇਹਦੇ ਪੈਸੇ ਆਪਾਂ ਸਾਈਡ ਤੇ ਐਕਸਟਰਾ ਲੈਣੇ ਇਹਦੇ $200-$200 ਇੱਕ ਇੱਕ ਹਾਂ ਜੇ 3 ਗੱਡੀਆਂ ਨੇ ਆਪਣੀਆਂ ਤਾਂ 3 ਗੱਡੀਆਂ ਨੂੰ ਦਿੰਨੇਗੇ ਤਾਂ $600 ਆਪਾਂ ਨੂੰ $600-$700 ਪਾਰਕਿੰਗ ਦਾ ਵੀ ਆਉਣਾਗਾ ਮੇਰੀ ਵੀ ਦਿਖਾ ਦਿਓ ਇੱਥੇ ਲੈ ਬਣਾਵਾਂਗੇ ਗਰਮੀਆਂ 'ਚ ਹੌਲੀ ਹੌਲੀ ਤੇ 4 ਪੈਸੇ ਆਣਗੇ ਹੌਲੀ ਹੌਲੀ ਕਲੈਕਟ ਕਰ ਲਈਏ ਕਲੈਕਟ ਕਰ ਲਈਏ ਨਾਲ ਲਾਈਟ ਨੀ ਹੈਗੀ ਆਪਣੀ ਬੇਸਮੈਂਟ ਹਾਂ ਲਾਈਟਾਂ ਲੁਟਾਂ ਇੱਥੇ ਹੈ ਨਹੀਂ ਹਲੇ ਯਾ ਤਿਆਰ ਹੋ ਰਹੀ ਤਿਆਰ ਕਰਨੀ ਆਪਾਂ ਆਪਣੇ ਬੈਠਣ ਲਈ ਮਤਲਬ ਕਿ ਵੀ ਪਲਾਨ ਆ ਵੀ ਉਹਦੇ ਲਾਈਟਾਂ ਲੁਟਾਂ ਲਾ ਕੇ ਵਧੀਆ ਇਹਨੂੰ ਫਿਨਿਸ਼ ਕਰਕੇ ਨਾ ਵੀਡੀਓ ਵਗੈਰਾ ਉਹਦੇ ਬਹਿ ਕੇ ਐਡਿਟ ਕਰਿਆ ਕਰਾਂਗੇ ਕਿਉਂਕਿ ਯਾਰ ਵੀਡੀਓ ਬਣਾਉਣੀ ਤਾਂ ਬਹੁਤ ਸੌਖੀ ਅਸੀਂ ਲਾ ਲਿਆ ਹਿਸਾਬ ਕਿਤਾਬ ਜਾ ਐਡਿਟ ਕਰਨ ਵਾਲਾ ਕੰਜਰਖਾਨਾ ਵੱਡਾ ਹੈਗਾ ਵੱਡਾ ਹੈ ਤੇ ਆਹ ਦਿਖਾ ਦਿਓ ਸਾਰਾ ਕੁਛ ਸਿਰ ਬਗਲਾ ਬਿਜਲੀ ਦਾ ਹਾਂ ਕੱਟ ਨੀ ਲਾ ਸਕਦੇ ਜੇ ਕਿਸੇ ਨੂੰ ਕੋਈ ਸਮਝ ਹੋਵੇ ਬਿਜਲੀ ਚੋਰੀ ਕਿਵੇਂ ਹੁੰਦੀ ਆ ਤਾਂ ਜ਼ਰੂਰ ਦੱਸਿਓ ਇਹਦੇ ਕਿਤੇ ਮੀਟਰ ਵੀ ਕੱਟ ਨੀ ਲੱਗਦੇ ਤੇ ਬਾਕੀ ਬੇਸਿਕਲੀ ਇਨਸਪੈਕਸ਼ਨ ਇੱਥੇ ਬੜੀ ਸਟ੍ਰਿਕਟ ਹੁੰਦੀ ਆ ਆ ਸਾਰਾ ਫਾਇਰ 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 ਪ੍ਰੂਫ ਹੀ ਕਰਤਾ ਹੁਣ ਡਰਾਈਵਾਲ ਦਾ ਪੀਸ ਉਹ ਉੱਧਰ ਪਏ ਹੋਣੇ ਸ਼ਾਇਦ ਪਿੰਡਾਂ 'ਚ ਆਪਣੇ ਜਦੋਂ ਆਪਣੇ ਤੂੜੀ ਇਕੱਠੀ ਕਰਦੇ ਹੁੰਦੇ ਆਗੇ ਕੰਡ ਨਹੀਂ ਲੜਦੀ ਹੁੰਦੀ ਉਹ ਕੰਡ ਆ ਇਹਦੇ ਸਾਹਮਣੇ ਇਹ ਇਹਨੇ ਹੱਥ ਨਹੀਂ ਲਾਉਣਾ ਸੀ ਤੂੜੀ ਦੀ ਕੰਡ ਤਾਂ ਕੁਝ ਵੀ ਨਹੀਂ ਹਾਂ ਇਹ ਬੜੇ ਇਹਦੇ ਚੱਕ ਲਿਆ ਨਹੀਂ ਨਹੀਂ ਇਹ ਇਹ ਹੱਥ ਧੋਲ ਹੋਣਾ ਤੁਹਾਨੂੰ ਕਹਿੰਦਾ ਤੂੜੀ ਦੀ ਕੰਡ ਤਾਂ ਕੁਝ ਵੀ ਨਹੀਂ ਇਹਦੇ ਸਾਹਮਣੇ ਮੈਂ ਦੱਸਣਾ ਭੁੱਲ ਗਿਆ ਇਹ ਹੈਗੀ ਜੇ ਬੇਸਿਕਲੀ ਇਨਸੂਲੇਸ਼ਨ ਹੁੰਦੀ ਆ ਤੇ ਸਾਰਾ ਲੱਗਾ ਹੁੰਦਾ ਇਹਦੇ 'ਚ ਤਿੱਖਾ ਤਿੱਖਾ ਜਿਹਾ ਗਲਾਸ ਕਹਿ ਲਓ ਇਹ ਫਾਇਰ ਪ੍ਰੂਫ ਵੀ ਹੈ ਇਹਨਾਂ ਹਾਂ ਆਪਣੇ ਕੋ ਡਰਾਈਵਲ ਦਾ ਪੀਸ ਨਹੀਂ ਹੈ ਨਾ ਨਹੀਂ ਡਰਾਈਵਾਲ ਦਾ ਪੀਸ ਨਹੀਂ ਹੋਣਾ ਬੇਸਿਕਲੀ ਕੀ ਆ ਯਾਰ ਆਹ ਤੁਸੀਂ ਆ ਦੇਖ ਰਹੇ ਆ ਕੰਧਾਂ ਹਨਾ ਉਰੇ ਤਾਂ ਜਿਵੇਂ ਆ ਤਾਂ ਬੇਸਮੈਂਟ ਆ ਬੇਸ ਆਪਣਾ ਸਿਮੈਂਟ ਦਾ ਬਣਿਆ ਹੋਇਆ ਉੱਪਰ ਤਾਂ ਸਾਰੀਆਂ ਲੱਕੜਾਂ ਹੀ ਨੇ ਹਾਂ ਲੱਕੜਾਂ ਸਾਰੀਆਂ ਲੱਕੜਾਂ ਦੇ ਉੱਪਰ ਇੱਕ ਡਰਾਈਵਾਲ ਲੱਗੀ ਹੋਈ ਆ ਜੇ ਤੇ ਮੁੱਕੀ ਮਾਰੂ ਦੱਬ ਕੇ ਇਹਨੇ ਤੜ ਜਾਣਾ ਸਾਰਾ ਘਰ ਉਹਦਾ ਮਤਲਬ ਕਿ ਤਾਂ ਹੀ ਜਦੋਂ ਇੱਕ ਵਾਰ ਅੱਗ ਲੱਗ ਜੇ ਫਿਰ ਬੁਝਦੀ ਨਹੀਂ ਹੈਗੀ ਯਾ ਸਾਰੀ ਇਦਾਂ ਦੀਆਂ ਸੇਮ ਹੀ ਆ ਸਾਰੀਆਂ ਹਾਂ ਸੈਕਿੰਡ ਹੋ ਗਈ ਤੇ ਉੱਪਰ ਥਰਡ ਤੇ ਇਹਨਾਂ ਦੀ ਗੱਲ ਕਰ ਰਹੀ ਭਾਅ ਜੀ ਆ ਜਿਹੜੀਆਂ ਵਾਲਾਂ ਹੈਗੀਆਂ ਪਿੱਛੇ ਸਾਰੀ ਲੱਕੜੀ ਆ ਸਖਤ ਕੁਛ ਵੀ ਨਹੀਂ ਫਰਿੱਜਾਂ ਦਿਖਾ ਰਿਹਾ ਸੀ ਹਾਂ ਹਰ ਇੱਕ ਫਲੋਰ 'ਚ ਹਾਂਜੀ ਲੇਆਊਟ ਸੇਮ ਹੀ ਆ ਹਾਂ ਇੱਧਰ ਤੀਜੀ ਫਲੋਰ ਆ ਅਗੇਨ ਯਾਰ ਬੇਸਿਕਲੀ ਕੋਈ ਵੀ ਬੰਦਾ ਹਰੇਕ ਆਪਣੇ ਜਿਹੜੇ ਵੀ ਭੈਣ ਭਰਾ ਆਉਂਦੇ ਨੇ ਹਨਾ ਸਭ ਤੋਂ ਬੈਸਟ ਆ ਆ ਕੇ ਪੈਸਾ ਜੋੜ ਕੇ ਇੱਕ ਵਾਰ ਰੀਅਲ ਸਟੇਟ 'ਚ ਇੱਕ ਅੱਧੀ ਪ੍ਰਾਪਰਟੀ ਲੈ ਦਿਓ ਇਹ ਤਾਂ ਚਲੋ ਰੇ ਸਿਟੀ ਦੇ ਹੁਣ ਤਾਂ ਰੇਟ ਬਹੁਤ ਵੱਧ ਗਏ ਹਨਾ ਜਿਹੜੀਆਂ ਦੂਜੀਆਂ ਸਿਟੀਆਂ ਨੇ 3 ਫੈਮਿਲੀ ਘਰ $5,00,000 ਦਾ $5.5 lakh ਦਾ ਡਾਲਰ ਦਾ ਐਵਰੇਜ ਜਦੋਂ ਮਤਲਬ ਕਿ ਹੁਣ ਰੇਟ ਬਹੁਤ ਹਾਈ ਹੋਏ ਹੋਏ ਨੇ $5.5 lakh ਡਾਲਰ ਦਾ ਮਿਲ ਜਾਂਦਾ ਹੈਗਾ ਅਤੇ ਉਹਦੀ ਇਨਕਮ ਤੁਹਾਡੀ ਇੱਕ ਯੂਨਿਟ ਦੀ ਹੁੰਦੀ ਹੈਗੀ ਈਜ਼ੀਲੀ $2,000 $1,800 $2,000 $1,25,000 $1,50,000 ਰੁਪਈਆ ਈਜ਼ੀਲੀ ਹੁੰਦੀ ਆ ਅਤੇ ਤੁਹਾਡੀ ਜਿਹੜੀ ਮੋਰਗੇਜ ਵੀ ਆ ਜਿਵੇਂ ਤੁਸੀਂ $1,00,000 ਡਾਊਨ ਦਿੰਦੇ ਹੋ $4,00,000 ਦੀ ਮੋਰਗੇਜ ਆ $30,000 ਦਾ ਲੋਨ ਆਪਣਾ $2,000 ਤੁਹਾਡੀ ਕਿਸ਼ਤ ਹੁੰਦੀ ਆ ਇੱਕ ਯੂਨਿਟ ਦੀ ਕਿਸ਼ਤ ਕੱਢੀ ਜਾਂਦੀ ਆ ਘਰ ਦੀ ਅਤੇ ਉੱਪਰਲੀਆਂ ਦੋ ਯੂਨਿਟਾਂ ਦਾ ਤੁਹਾਨੂੰ ਬਚੀ ਜਾਂਦਾ ਤਾਂ ਬੈਸਟ ਵੇ ਆਗਾ ਜਿਹਨੇ ਵੀ ਆ ਕੇ ਸਾਡੇ ਹਿਸਾਬ ਨਾਲ ਸਭ ਤੋਂ ਸਿਆਣੇ ਲੋਕ ਵੀ ਬਹੁਤ ਹੋਣੇ ਆ ਉਹ ਆਪਣੇ ਹਿਸਾਬ ਨਾਲ ਦੱਸਣਗੇ ਪਰ ਸਾਡੇ ਹਿਸਾਬ ਨਾਲ ਰੀਅਲ ਸਟੇਟ ਬੈਸਟ ਹੈ ਯਾਰ ਮੈਂ ਵੀ ਇਹੋ ਕਹੂੰਗਾ ਜੇ 22-24 ਸਾਲਾਂ ਦਾ ਲੈ ਕੇ ਆਪਣਾ ਐਕਸਪੀਰੀਅੰਸ ਕਿ ਰੀਅਲ ਸਟੇਟ ਹੀ ਬੈਸਟ ਹੈ ਰੀਅਲ ਸਟੇਟ ਦਾ ਬੈਸਟ ਹੈ ਸਭ ਤੋਂ ਚਲੋ ਅੱਜ ਵੀ ਚੱਲੀਏ ਥੈਂਕ ਯੂ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ